ਔਨਲਾਈਨ ਤੇ, ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰ ਦਿਓ ਜੀ ਸ਼ੇਅਰ। ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਇੱਕ ਨਵਾਂ ਪੇਪਰ ਜੋ ਕਿ ਹੈ ਪੰਜਾਬੀ ਲੈਕਚਰਰ ਦਾ, ਜੋ ਬੈਕਲੋਗ ਦੀਆਂ ਵੈਕੈਂਸੀਜ਼ ਆਈਆਂ ਸੀ ਉਸ ਦਾ ਪੇਪਰ ਹੈ। ਅੱਜ ਆਪਾਂ ਪ੍ਰਸ਼ਨ ਨੰਬਰ 1 ਤੋਂ ਲੈ ਕੇ 50 ਤੱਕ ਡਿਸਕਸ ਕਰਨ ਵਾਲੇ ਹਾਂ। ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰਨ, ਲਿੰਕ ਨੂੰ ਵੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਕਈ ਵਾਰ ਨੋਟੀਫਿਕੇਸ਼ਨ ਨਹੀਂ ਪਹੁੰਚਦਾ, ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰਾਮ ਗਰੁੱਪ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਦੇ ਲਈ ਐਟ ਪੰਜਾਬੀ ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਸਕੂਲ ਕੰਟੈਂਟ ਦੇ ਲਈ ਐਟ ਆਰਕੇ ਔਨਲਾਈਨ ਸਕੂਲ ਜੁਆਇਨ ਕਰੋ। ETT ਪੇਪਰ A&B ਦੇ ਲਈ ਐਟ ETT ਪੇਪਰ A&B ਇਸ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਅਤੇ SST ਮਾਸਟਰ ਕੈਡਰ ਦੀ ਤਿਆਰੀ ਦੇ ਲਈ ਐਟ SS ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਆਪਣੀ ਲੋੜ ਦੇ ਅਨੁਸਾਰ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ। ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਅਤੇ ਵੱਧਦੇ ਵੱਲ। ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿੱਤੀ ਜਾਵੇ ਕਿ ਸਭ ਕੁਝ ਠੀਕ ਨਹੀਂ। ਅੱਜ ਦਾ ਪਹਿਲਾ ਪ੍ਰਸ਼ਨ ਹੈ, ਪੰਜਾਬੀ ਬੋਲੀ ਵਿੱਚ ਕਿਸ ਭਾਸ਼ਾ ਦੇ ਅੰਸ਼ ਮਿਲਦੇ ਹਨ? ਆਪਸ਼ਨ ਏ ਪਾਲੀ, ਬੀ ਪ੍ਰਕਿਰਤ, ਸੀ ਅਪਭ੍ਰੰਸ਼ ਅਤੇ ਡੀ ਤਿੰਨੋਂ ਹੀ। ਵੈਸੇ ਤਿੰਨ ਲਿਖਿਆ ਇੱਥੇ, ਹਾਂਜੀ ਪੇਪਰ ਦੇ ਵਿੱਚ ਵੀ ਤਿੰਨ ਹੀ ਲਿਖਿਆ ਗਿਆ, ਪਰ ਅਸਲ 'ਚ ਇਹਦਾ ਆਂਸਰ, ਇਹਦਾ ਆਪਸ਼ਨ ਜਿਹੜਾ ਹੈ ਤਿੰਨੋਂ ਆਉਣਾ ਸੀ, ਕਿਉਂਕਿ ਦਿੱਤੀਆਂ ਗਈਆਂ ਸਾਰੀਆਂ ਆਪਸ਼ਨ ਹੀ ਕੁਰੈਕਟ ਹਨ, ਇਸ ਕਰਕੇ ਤਿੰਨੋਂ ਆਉਣਾ ਸੀ ਉੱਥੇ। ਬਿਲਕੁਲ ਠੀਕ ਹੈ, ਜਿਨ੍ਹਾਂ ਨੇ ਵੀ ਆਂਸਰ ਕੀਤਾ ਹੈ ਆਪਸ਼ਨ ਡੀ ਜਿਨ੍ਹਾਂ ਨੇ ਆਂਸਰ ਕੀਤਾ ਹੈ ਪਾਲੀ, ਪ੍ਰਕਿਰਤ ਅਤੇ ਅਪਭ੍ਰੰਸ਼। ਇਹ ਕੁਐਸਚਨ ETT ਪੇਪਰ ਦੇ ਵਿੱਚ ਵੀ ਪੁੱਛਿਆ ਗਿਆ। ਦੇਖੋ ਲੈਕਚਰਰ ਲੈਵਲ ਦਾ ਕੁਐਸਚਨ ETT ਪੇਪਰ ਦੇ ਵਿੱਚ ਵੀ ਪੁੱਛਿਆ ਗਿਆ, ਸੋ ਪਤਾ ਨਹੀਂ ਹੁੰਦਾ ਕਿ ਕਿਹੜੇ ਪੇਪਰ ਦੇ ਵਿੱਚ ਕੀ ਪੁੱਛ ਲਿਆ ਜਾਵੇ। ਤਾਂ ਸਿਲੇਬਸ ਦੇ ਅਕੋਰਡਿੰਗ ਤਾਂ ਜ਼ਰੂਰ ਹੀ ਚੱਲੇਗਾ, ਪਲੱਸ ਕੁਛ ਐਕਸਟਰਾ ਚੀਜ਼ਾਂ ਵੀ ਥੋੜ੍ਹਾ ਬਹੁਤ ਕਵਰ ਜ਼ਰੂਰ ਕਰਿਆ ਕਰੋ। ਪ੍ਰਸ਼ਨ ਨੰਬਰ 2 ਹੈ, ਪ੍ਰਤੀਕਾਤਮਕ ਲਿਪੀ ਦਾ ਰਿਵਾਜ਼ ਸੀ। ਆਪਸ਼ਨ ਏ ਮੁੱਢਲੇ ਕਬੀਲਿਆਂ ਵਿੱਚ, ਬੀ ਡੇਰਾ ਗਾਜੀ ਖਾਂ ਵਿੱਚ, ਸੀ ਅਣਵੰਡੇ ਪੰਜਾਬ ਵਿੱਚ ਅਤੇ ਡੀ ਰਾਜਪੂਤਾਂ ਵਿੱਚ। ਪ੍ਰਸ਼ਨ ਨੰਬਰ 2 ਦੇ ਲਈ ਕੁਰੈਕਟ ਆਂਸਰ ਚੁਣੋ ਜੀ। ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਕਿ ਪ੍ਰਤੀਕਾਤਮਕ ਲਿਪੀ ਦਾ ਰਿਵਾਜ਼। ਹਾਂਜੀ ਪ੍ਰਸ਼ਨ ਨੰਬਰ 2 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਮੁੱਢਲੇ ਕਬੀਲਿਆਂ ਦੇ ਵਿੱਚ, ਬਿਲਕੁਲ ਠੀਕ ਆ, ਜਿਸ ਨੂੰ ਤੁਸੀਂ ਕਹਿ ਸਕਦੇ ਹੋ ਇਸ਼ਾਰਿਆਂ ਦੇ ਵਿੱਚ ਜਿਵੇਂ ਗੱਲਾਂ ਕਰਨਾ, ਠੀਕ ਹੈ, ਉਹੀ ਚੀਜ਼ ਹੋ ਗਈ ਇੱਕ ਤਰ੍ਹਾਂ ਦੀ, ਜਾਂ ਚਿੱਤਰ ਲਿਪੀ ਵਰਗੀਆਂ ਚੀਜ਼ਾਂ ਨੇ। ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ। 3 ਨੰਬਰ ਹੈ, ਪ੍ਰੀਤ ਕਥਾ ਦਾ ਸਭ ਤੋਂ ਪੁਰਾਣਾ ਪ੍ਰਮਾਣ ਕਿੱਥੋਂ ਮਿਲਦਾ ਹੈ? ਆਪਸ਼ਨ ਏ ਕਿੱਸਾ, ਬੀ ਲੋਕ ਕਹਾਣੀਆਂ, ਸੀ ਜੀਵਨੀ ਅਤੇ ਡੀ ਰਿਗਵੇਦ। ਪ੍ਰੀਤ ਕਥਾ ਦਾ ਸਭ ਤੋਂ ਪੁਰਾਣਾ ਪ੍ਰਮਾਣ ਕਿੱਥੋਂ ਮਿਲਦਾ ਹੈ? 3 ਨੰਬਰ ਦੇ, ਹਾਂਜੀ 3 ਨੰਬਰ ਦੇ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਰਿਗਵੇਦ ਦੇ ਵਿੱਚੋਂ, ਬਿਲਕੁਲ ਸਹੀ ਉੱਤਰ ਹੈ। ਕੁਐਸਚਨ ਨੰਬਰ 4 ਦੇ ਵੱਲ ਵੱਧਦੇ ਹਾਂ ਜੀ। 4 ਨੰਬਰ ਕੁਐਸਚਨ ਹੈ, ਦਮੋਦਰ ਨੇ ਹੀਰ ਦੀ ਕਿੰਨੀਆਂ ਸਹੇਲੀਆਂ ਦੱਸੀਆਂ? ਆਪਸ਼ਨ ਹੈ 60, ਬੀ 360, ਸੀ 365, ਡੀ 12। ਪ੍ਰਸ਼ਨ ਨੰਬਰ 4 ਦੇ ਲਈ ਸਹੀ ਉੱਤਰ ਚੁਣੋ ਜੀ। 4 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਕਿੰਨੀਆਂ ਸਹੇਲੀਆਂ ਦੱਸੀਆਂ ਹਨ ਦਮੋਦਰ ਨੇ? ਹਾਂਜੀ ਦਮੋਦਰ ਨੇ 360 ਸਹੇਲੀਆਂ ਦੱਸੀਆਂ। ਇਸ ਤੋਂ ਇਲਾਵਾ ਵਾਰਿਸ਼ ਦੁਆਰਾ ਪੁੱਛੀਆਂ ਜਾਣ ਤਾਂ ਆਂਸਰ ਹੋਏਗਾ ਜੀ, ਠੀਕ ਹੈ। ਸੋ ਜਿਨ੍ਹਾਂ ਨੇ ਆਂਸਰ 4 ਨੰਬਰ ਦੇ ਲਈ
ਬੀ ਆਪਸ਼ਨ ਕਰਿਆ ਹੈ, ਬਿਲਕੁਲ ਠੀਕ ਹੈ। ਕੁਸ਼ਚਨ ਨੰਬਰ 5 ਦੇ ਵੱਲ ਵੱਧਦੇ ਹਾਂ ਜੀ। ਅਨੁਸਾਰ ਕਿੱਸਾ ਕਾਵਿ ਕਿਸਦਾ ਰਿਣੀ ਹੈ? ਆਪਸ਼ਨ ਏ ਯੂਨਾਨੀਆਂ ਦਾ, ਬੀ ਮਸਨਵੀ ਦਾ, ਸੀ ਹਿੰਦੂ ਸੱਭਿਅਤਾ ਦਾ, ਡੀ ਕੋਈ ਨਹੀਂ। ਪ੍ਰਸ਼ਨ ਨੰਬਰ 5 ਦੇ ਲਈ ਸਹੀ ਉੱਤਰ ਚੁਣੋ ਜੀ। ਹਾਂਜੀ, 5 ਨੰਬਰ ਪ੍ਰਸ਼ਨ ਦੇ ਲਈ ਸਹੀ ਉੱਤਰ ਚੁਣਿਆ ਕਿ ਡਾਕਟਰ ਤਾਰਨ ਸਿੰਘ ਦੇ ਅਨੁਸਾਰ ਕਿੱਸਾ ਕਾਵਿ ਜੀ। ਪ੍ਰਸ਼ਨ ਨੰਬਰ 5 ਲਈ ਜਿਨ੍ਹਾਂ ਦਾ ਵੀ ਆਂਸਰ 5 ਨੰਬਰ ਦੇ ਲਈ ਆਪਸ਼ਨ ਯੂਨਾਨੀਆਂ ਦਾ, ਬਿਲਕੁਲ ਸਹੀ ਉੱਤਰ। ਬਾਕੀ ਕਰਨ ਜੀ ਨੋਟ ਡਾਊਨ, ਜਿਨ੍ਹਾਂ ਦਾ ਆਂਸਰ ਏ ਤੋਂ ਸਿਵਾਏ ਕੋਈ ਹੋਰ ਆਇਆ ਹੈ। ਅਤੇ ਕੁਸ਼ਚਨ ਨੰਬਰ 6 ਦੇ ਵੱਲ ਵੱਧਦੇ ਹਾਂ ਜੀ। 6 ਨੰਬਰ ਕੁਸ਼ਚਨ ਹੈ, ਪੀਲੂ ਦਾ ਕਿੱਸਾ ਕਿਸ ਕਾਵਿ ਰੂਪ ਵਿੱਚ ਲਿਖਿਆ ਗਿਆ ਹੈ? ਆਪਸ਼ਨ ਏ ਹੈ ਜੀ ਬੈਂਤ, ਬੀ ਪੌੜੀ, ਸੀ ਸੱਧ, ਡੀ ਸੀਰਫੀ। ਕੁਸ਼ਚਨ ਨੰਬਰ 6 ਦੇ ਲਈ ਆਂਸਰ ਕਰੋ ਜੀ। 6 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ, ਜਿਨ੍ਹਾਂ ਨੇ ਆਂਸਰ ਕੀਤਾ ਸੱਧ ਰੂਪ ਦੇ ਵਿੱਚ, ਬਿਲਕੁਲ ਸਹੀ ਉੱਤਰ ਹੈ। ਪੀਲੂ ਦਾ ਕਿੱਸਾ ਲਿਖਿਆ ਗਿਆ ਜੀ ਸੱਧ ਰੂਪ ਦੇ ਵਿੱਚ, ਆਪਸ਼ਨ ਸੀ ਕੁਰੈਕਟ ਆਂਸਰ, ਕੁਸ਼ਚਨ ਨੰਬਰ 7। ਬਾਬਾ ਬੁੱਧ ਸਿੰਘ ਵਾਰਸ ਦੀ ਜਨਮ ਭੂਮੀ ਕਿੱਥੇ ਦੱਸਦੇ ਹਨ? ਆਪਸ਼ਨ ਏ ਡੱਬੀਪੁਰ, ਬੀ ਜਾਂਡਿਆਲਾ, ਸੀ ਜਲੰਧਰ ਅਤੇ ਡੀ ਕੋਈ ਨਹੀਂ। ਪ੍ਰਸ਼ਨ ਨੰਬਰ 7 ਦੇ ਲਈ ਕਰੋ ਜੀ ਆਂਸਰ। 7 ਨੰਬਰ ਲਈ ਕੁਰੈਕਟ ਆਂਸਰ ਚੁਣਿਆ ਜਾਵੇ। ਬਾਬਾ ਬੁੱਧ ਸਿੰਘ ਅਨੁਸਾਰ ਵਾਰਸ ਦੀ ਜਨਮ ਭੂਮੀ ਕਿਹੜੀ ਹੈ? ਜੀ ਬਿਲਕੁਲ ਠੀਕ ਹੈ, ਜਿਹੜੇ ਡੱਬੀਪੁਰ ਆਂਸਰ ਕਰੇ ਨੇ ਆਪਸ਼ਨ ਏ। ਕੁਸ਼ਚਨ ਨੰਬਰ 8 ਦੇ ਵੱਲ ਵੱਧਦੇ ਹਾਂ ਜੀ। ਦੇ ਸੱਸੀ ਦੇ ਕਿੱਸੇ ਦੇ ਕਿੰਨੇ ਬੰਦ ਹਨ? ਆਪਸ਼ਨ ਏ 124, ਬੀ 126, ਸੀ 128, ਡੀ 132। ਪ੍ਰਸ਼ਨ ਨੰਬਰ 8 ਲਈ ਸਹੀ ਉੱਤਰ ਚੁਣੋ ਜੀ। ਆਸਮ ਦੀ ਸੱਸੀ ਦੇ ਕਿੰਨੇ ਬੰਦ ਹਨ? ਸਹੀ ਆਂਸਰ 8 ਨੰਬਰ ਲਈ ਚੁਣਿਆ ਜਾਵੇ, 126 ਬੰਦ ਨੇ, ਬਿਲਕੁਲ ਸਹੀ ਉੱਤਰ ਹੈ, ਜਿਨ੍ਹਾਂ ਦਾ ਆਪਸ਼ਨ ਬੀ ਆਂਸਰ ਆਇਆ। ਕੁਸ਼ਚਨ ਨੰਬਰ 9, ਕਾਦਰ ਯਾਰ ਜੀਵਨ ਅਤੇ ਰਚਨਾ ਪੁਸਤਕ ਦੇ ਸੰਪਾਦਕ ਹਨ ਜਾਂ ਸੰਪਾਦਕ ਹੈ? ਆਪਸ਼ਨ ਏ ਪ੍ਰੋਫੈਸਰ ਕੁਲਵੰਤ ਸਿੰਘ, ਬੀ ਹਰਬੰਸ ਸਿੰਘ, ਸੀ ਵਣਜਾਰਾ ਬੇਦੀ, ਡੀ ਪ੍ਰੋਫੈਸਰ ਪੂਰਨ ਸਿੰਘ। ਕੁਸ਼ਚਨ ਨੰਬਰ 9 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਕਾਦਰ ਯਾਰ ਜੀਵਨ ਅਤੇ ਰਚਨਾ ਦਾ ਸੰਪਾਦਕ ਕੌਣ ਹੈ? ਪ੍ਰੋਫੈਸਰ ਗੁਲਵੰਤ ਸਿੰਘ, ਆਪਸ਼ਨ ਏ ਆਂਸਰ ਕੀਤਾ ਹੈ, ਬਿਲਕੁਲ ਸਹੀ ਉੱਤਰ। ਕੁਸ਼ਚਨ ਨੰਬਰ 10, ਫਾਰਸੀ ਮਸਨਵੀ ਵਿੱਚ ਕਿਸ ਚੀਜ਼ ਦਾ ਅਭਾਵ ਹੈ, ਕਮੀ ਹੈ ਇਹ ਕਹਿ ਸਕਦੇ ਹੋ? ਹਾਂਜੀ, ਆਪਸ਼ਨ ਏ ਦੁਖਾਂਤ ਦਾ, ਬੀ ਨਾਇਕਾ ਦੀ ਸੁੰਦਰਤਾ ਦਾ, ਡੀ ਅਲੌਕਿਕਤਾ ਦਾ। ਕੁਸ਼ਚਨ ਨੰਬਰ 10 ਦੇ ਲਈ ਆਂਸਰ ਚੁਣਿਆ ਜਾਵੇ। 10 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ। ਹਾਂਜੀ, 10 ਨੰਬਰ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਸੁਖਾਂਤ ਦਾ, ਬਿਲਕੁਲ ਠੀਕ ਹੈ ਜੀ। ਆਪਸ਼ਨ ਬੀ ਆਂਸਰ ਜਿਨ੍ਹਾਂ ਦਾ ਆਇਆ ਹੈ ਸਭ ਦਾ ਬਿਲਕੁਲ ਠੀਕ। ਕੁਸ਼ਚਨ ਨੰਬਰ 11, ਰੱਬ ਦੇ ਨਾਂ 'ਤੇ ਦਿੱਤੇ ਦਾਨ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਸਲਾਤ, ਬੀ ਨਾਜ਼ਲ, ਸੀ ਜਿਹਾਦ, ਡੀ ਜ਼ਕਾਤ। ਕੁਸ਼ਚਨ ਨੰਬਰ 11 ਲਈ ਆਂਸਰ ਚੁਣਿਆ ਜਾਵੇ, ਰੱਬ ਦੇ ਨਾਂ 'ਤੇ ਦਿੱਤੇ ਦਾਨ ਨੂੰ ਕਿਹਾ ਜਾਂਦਾ ਹੈ, ਜ਼ਕਾਤ ਕਹਿੰਦੇ ਹਨ। ਆਪਸ਼ਨ ਡੀ ਹੈ ਬਿਲਕੁਲ ਸਹੀ। ਕੁਸ਼ਚਨ ਨੰਬਰ 12, 12 ਨੰਬਰ ਹੈ ਜੀ ਕਾਦਰੀ ਸਿਲਸਿਲਾ ਭਾਰਤ ਤਾਂ ਮਿਸ ਹੋ ਗਿਆ ਜੀ, ਇੱਥੇ ਭਾਰਤ ਆਉਣਾ ਸੀ। ਕਾਦਰੀ ਸਿਲਸਿਲਾ ਭਾਰਤ ਵਿੱਚ ਕਿਸ ਨਾਲ ਪ੍ਰਚਲਿਤ ਹੋਇਆ? ਆਪਸ਼ਨ ਏ ਸੈਯਦ ਮੁਹੰਮਦ ਗੌਸ, ਬੀ ਮਖਦੂਮ ਕਸੂਰੀ ਆਉਣਾ ਸੀ ਇੱਥੇ, ਚਲੋ ਕੋਈ ਨਹੀਂ, ਅਸਲ 'ਚ ਆਪਸ਼ਨ ਹੀ ਇੱਦਾਂ ਦਿੱਤਾ ਹੋਇਆ ਪੇਪਰ ਵਿੱਚ, ਸੀ ਆਪਸ਼ਨ ਸੈਯਦ ਨੂਰਉਦੀਨ, ਡੀ ਕੋਈ ਨਹੀਂ। ਕੁਸ਼ਚਨ ਨੰਬਰ 12 ਲਈ ਆਂਸਰ ਕਰੋ ਜੀ।
12 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਸੈਯਦ ਮੁਹੰਮਦ ਗੌਸ ਦੇ ਨਾਲ, ਬਿਲਕੁਲ ਠੀਕ ਹੈ ਆਪਸ਼ਨ ਏ ਆਂਸਰ ਕਰਨ ਵਾਲੇ। ਕੁਐਸਚਨ ਨੰਬਰ 13 ਦੇ ਵੱਲ ਵੱਧਦੇ ਜੀ, ਬਾਬਾ ਫਰੀਦ ਦੇ ਪ੍ਰਮੁੱਖ ਪ੍ਰਚਾਰ ਕੇਂਦਰ, ਆਪਸ਼ਨ ਏ ਨਾਰਨੌਲ ਵਿੱਚ, ਬੀ ਗੁਜਰਾਤ ਵਿੱਚ, ਸੀ ਹਾਂਸੀ ਵਿੱਚ, ਡੀ ਮੁਲਤਾਨ ਵਿੱਚ। ਪ੍ਰਸ਼ਨ ਨੰਬਰ 13 ਲਈ ਆਂਸਰ ਕਰੋ ਜੀ, 13 ਨੰਬਰ ਦੇ ਲਈ ਸਹੀ ਉੱਤਰ ਚੁਣਿਆ। ਬਾਬਾ ਫਰੀਦ ਦੇ ਪ੍ਰਮੁੱਖ ਪ੍ਰਚਾਰ ਕੇਂਦਰ ਕਿੱਥੇ ਹਨ ਜੀ? ਮੈਨੂੰ ਲੱਗਿਆ ਜੀ ਹਾਂਜੀ, ਪ੍ਰਸ਼ਨ ਨੰਬਰ 13 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਜਿਨ੍ਹਾਂ ਨੇ ਆਂਸਰ ਕੀਤਾ ਹਾਂਸੀ ਵਿੱਚ, ਆਪਸ਼ਨ ਸੀ ਹੋਵੇਗਾ। ਬਾਕੀ ਕਰਨ ਜੀ ਨੋਟ ਡਾਊਨ। ਕੁਐਸਚਨ ਨੰਬਰ 14 ਵੱਲ ਵੱਧਦੇ ਹਾਂ, ਇਸਮਾਈਲੀ ਸਿਲਸਿਲੇ ਅਨੁਸਾਰ ਰੱਬ ਅਤੇ ਮਨੁੱਖ ਵਿਚਾਲੇ ਕਿੰਨੀਆਂ ਰੁਕਾਵਟਾਂ ਹਨ? ਆਪਸ਼ਨ ਏ 6, ਬੀ 3, ਸੀ 5, ਡੀ 4। ਪ੍ਰਸ਼ਨ ਨੰਬਰ 14 ਲਈ ਜਾਵੇ ਜੀ, ਇਸਮਾਈਲੀ ਸਿਲਸਿਲੇ ਅਨੁਸਾਰ ਰੱਬ ਅਤੇ ਮਨੁੱਖ ਵਿਚਾਲੇ ਰੁਕਾਵਟਾਂ ਕਿੰਨੀਆਂ ਨੇ? ਹਾਂਜੀ, 14 ਨੰਬਰ ਲਈ ਕੁਰੈਕਟ ਆਂਸਰ। 14 ਨੰਬਰ ਲਈ ਆਪਸ਼ਨ ਸੀ 5 ਬਿਲਕੁਲ ਠੀਕ ਆਂਸਰ ਹੋਵੇਗਾ। ਬਾਕੀ ਨੋਟ ਨੰਬਰ 15, ਕਾਫੀਆਂ ਖਵਾਜ਼ਾ ਗੁਲਾਮ ਫਰੀਦ ਪੁਸਤਕ ਦਾ ਰਚਿਤਾ ਹੈ? ਆਪਸ਼ਨ ਏ ਸੁਰਿੰਦਰ ਸਿੰਘ ਕੋਹਲੀ, ਬੀ ਕਾਲਾ ਸਿੰਘ ਬੇਦੀ, ਸੀ ਨੂਰ ਕਸ਼ਮੀਰ ਅਤੇ ਡੀ ਸੰਤ ਸਿੰਘ ਸੇਖੋਂ। ਕੁਐਸਚਨ ਨੰਬਰ 15 ਦੇ ਲਈ ਕੁਰੈਕਟ ਆਂਸਰ ਕਰੋ ਜੀ। 15 ਨੰਬਰ ਲਈ ਕੁਰੈਕਟ ਆਂਸਰ ਚੁਣਿਆ ਜਾਵੇ, ਕਾਫੀਆਂ ਖਵਾਜ਼ਾ ਗੁਲਾਮ ਫਰੀਦ ਪੁਸਤਕ ਦਾ ਲੇਖਕ ਕੌਣ ਹੈ? ਕਿਸ ਦੇ ਦੁਆਰਾ ਗਈ ਹੈ? ਹਾਂਜੀ, ਜਿਹੜੇ ਵੀ ਆਂਸਰ ਕਰ ਰਹੇ ਨੇ, ਕਾਲਾ ਸਿੰਘ ਬੇਦੀ ਸਹੀ ਉੱਤਰ ਹੈ ਜੀ। ਕੁਐਸਚਨ ਨੰਬਰ 16 ਦੇ ਵੱਲ ਵੱਧਦੇ ਹਾਂ ਜੀ, ਸੂਫੀ ਕਵੀ ਸ਼ਾਹ ਸੁਰਿੰਦਰ ਰਹੇ। ਆਪਸ਼ਨ ਏ 12, ਬੀ 15, ਸੀ 8 ਅਤੇ ਡੀ 16। ਪ੍ਰਸ਼ਨ ਨੰਬਰ 16 ਦੇ ਲਈ ਸਹੀ ਆਂਸਰ ਕਰੋ ਜੀ, ਸੂਫੀ ਕਵੀ ਸ਼ਾਹ ਹੁਸੈਨ ਦੇ ਕਿੰਨੇ ਪ੍ਰਚਾਰ ਕੇਂਦਰ ਰਹੇ? ਬਿਲਕੁਲ ਠੀਕ ਹੈ, ਜਿਹੜੇ ਆਂਸਰ ਕਰ ਰਹੇ ਨੇ ਜੀ 16 ਕੇਂਦਰ, ਆਪਸ਼ਨ ਡੀ ਆਂਸਰ ਕਰਨ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 17, ਸੁਲਤਾਨ ਬਾਹੂ ਦੀ ਸ਼ਖਸੀਅਤ 'ਤੇ ਕਿਸ ਦਾ ਪ੍ਰਭਾਵ ਸੀ? ਆਪਸ਼ਨ ਏ ਮੁਰਸ਼ਦ ਦਾ, ਬੀ ਪਿਤਾ ਦਾ, ਸੀ ਮਾਤਾ ਦਾ, ਡੀ ਕੋਈ ਨਹੀਂ। ਪ੍ਰਸ਼ਨ ਨੰਬਰ 17 ਲਈ ਆਂਸਰ ਕਰੋ ਜੀ। ਹਾਂਜੀ, 17 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ, ਪ੍ਰਸ਼ਨ ਨੰਬਰ 17। 17 ਨੰਬਰ ਦੇ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਆਪਸ਼ਨ ਸੀ ਮਾਤਾ ਦਾ, ਕੁਰੈਕਟ ਆਂਸਰ ਹੋਵੇਗਾ। ਕੁਐਸਚਨ ਨੰਬਰ 18 ਦੇ ਵੱਲ ਵੱਧਦੇ ਹਾਂ ਜੀ, ਜ਼ਿਕਰ ਫਿਕਰ ਸਭ ਉਰੇ ਉਰੇ ਲਾਫਾਨੀ ਹੋ, ਇਸ ਲਾਈਨ ਦੇ ਵਿੱਚ ਸ਼ਬਦ ਦਾ ਅਰਥ ਪੁੱਛਿਆ ਗਿਆ ਹੈ? ਆਪਸ਼ਨ ਏ ਅਮਰ, ਬੀ ਆਸ਼ਕ, ਸੀ ਗਿਆਨੀ, ਡੀ ਅਦਭੁਤ। ਕੁਐਸਚਨ ਨੰਬਰ 18 ਲਈ ਆਂਸਰ ਕਰੋ ਜੀ। ਹਾਂਜੀ, ਅਰਥ ਪੁੱਛਿਆ ਗਿਆ ਪ੍ਰਸ਼ਨ ਨੰਬਰ 18 ਦੇ ਲਈ, ਲਫਾਨੀ ਦਾ ਅਰਥ ਹੋਵੇਗਾ ਜੀ ਅਮਰ, ਅਮਰ ਹੋਣਾ। ਬਿਲਕੁਲ ਠੀਕ ਹੈ ਆਪਸ਼ਨ ਏ ਆਂਸਰ। ਕੁਐਸਚਨ ਨੰਬਰ 19 ਦੇ ਵੱਲ ਵੱਧਦਿਆਂ, ਸ਼ਾਹ ਕਹੇ ਚੱਲ ਪਾਸ ਮੁਲਾਂ ਦੇ ਸਿੱਖ ਲੈ ਅਦਬ ਅਦਾਬਾਂ ਨੂੰ, ਇਹ 17 ਹਨ ਕਿਸਦੀਆਂ ਨੇ? ਆਪਸ਼ਨ ਏ ਸ਼ਾਹ ਹੁਸੈਨ, ਬੀ ਬੁੱਲੇ ਸ਼ਾਹ, ਸੀ ਅਤੇ ਡੀ ਸ਼ਾਹ ਕਲੰਦਰ। ਪ੍ਰਸ਼ਨ ਨੰਬਰ 19 ਲਈ ਆਂਸਰ ਚੁਣੋ, ਕਿਸ ਦੀਆਂ 17 ਨੇ ਦਿੱਤੀਆਂ ਗਈਆਂ? ਹਾਂਜੀ ਜੀ, ਕਰੈਕਟ ਆਂਸਰ ਚੁਣਿਆ ਜਾਵੇ, ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਆਪਸ਼ਨ ਬੀ ਬੁੱਲੇ ਸ਼ਾਹ ਦੀਆਂ ਇਹ 17 ਨੇ, ਆਪਸ਼ਨ ਬੀ ਹੋਵੇਗਾ ਕੁਰੈਕਟ ਆਂਸਰ।
ਕੁਸ਼ਚਨ ਨੰਬਰ 20 20 ਨੰਬਰ ਗੁਲਾਮ ਫਰੀਦ ਦੀ ਰਚਨਾ ਮਿਲਦੀ ਹੈ ਆਪਸ਼ਨ ਏ ਦੋੜੇ ਅਤੇ ਡਿਉੜਾਂ ਬੀ ਦੋੜੇ ਅਤੇ ਕਾਫੀਆਂ ਸੀ ਡਿਉੜਾਂ ਅਤੇ ਕਾਫੀਆਂ ਅਤੇ ਡੀ ਦੋੜੇ ਅਤੇ ਸਲੋਕ ਪ੍ਰਸ਼ਨ ਨੰਬਰ 20 ਦੇ ਲਈ ਸਹੀ ਉੱਤਰ ਚੁਣੋ 20 ਨੰਬਰ ਲਈ ਕੁਰੈਕਟ ਆਂਸਰ ਚੁਣਿਆ ਜਾਵੇ ਜੀ 20 ਦੇ ਲਈ ਆਂਸਰ ਹੋਵੇਗਾ ਜੀ ਦੋ ਆਂਸਰ ਬਣਦੇ ਨੇ ਪ੍ਰਸ਼ਨ ਨੰਬਰ 20 ਦੇ ਲਈ ਆਪਸ਼ਨ ਏ ਦੋੜੇ ਅਤੇ ਡਿਉੜਾਂ ਅਤੇ ਦੋੜੇ ਅਤੇ ਕਾਫੀਆਂ ਦੋਵੇਂ ਹੀ ਸਹੀ ਨੇ ਏ ਅਤੇ ਬੀ ਅਤੇ ਬੋਰਡ ਦੇ ਵੱਲੋਂ ਆਂਸਰ ਏ ਕੀਤਾ ਗਿਆ ਦੋੜੇ ਅਤੇ ਕਾਫੀਆਂ ਪਰ ਅਸਲ ਦੇ ਆਪਸ਼ਨ ਜ਼ਿਆਦਾ ਸਹੀ ਹੈ ਉਹਦਾ ਕਾਰਨ ਇਹ ਹੈ ਕਿ ਦੋੜੇ ਅਤੇ ਜ਼ਿਆਦਾ ਮਾਤਰਾ ਦੇ ਵਿੱਚ ਨੇ ਅਤੇ ਜਿਹੜੀਆਂ ਡਿਉੜਾਂ ਨੇ ਉਹ ਬਹੁਤ ਹੀ ਘੱਟ ਨੇ ਅਤੇ ਇਸ ਕਰਕੇ ਆਪਸ਼ਨ ਬੀ ਕੁਰੈਕਟ ਬਣਨਾ ਚਾਹੀਦਾ ਸੀ ਪਰ ਬੋਰਡ ਦੁਆਰਾ ਆਂਸਰ ਆਪਸ਼ਨ ਏ ਕੀਤਾ ਗਿਆ ਹੈ ਕੁਸ਼ਚਨ ਨੰਬਰ 21 ਗੁਰਮਤਿ ਸ਼ਬਦ ਦਾ ਅਰਥ ਹੈ ਆਪਸ਼ਨ ਏ ਗੁਰੂ ਦੀ ਮਾਤ ਬੀ ਗੁਰੂ ਦਾ ਸਿਧਾਂਤ ਸੀ ਗੁਰੂ ਦਾ ਜੀਵਨ ਦਰਸ਼ਨ ਅਤੇ ਡੀ ਸਾਰੇ ਪ੍ਰਸ਼ਨ ਨੰਬਰ 21 ਲਈ ਕਰੋ ਸਹੀ ਉੱਤਰ ਹਾਂਜੀ ਹਾਂਜੀ 21 ਨੰਬਰ ਲਈ ਕੁਰੈਕਟ ਆਂਸਰ ਕਰਿਆ ਜਾਵੇ ਜੀ 21 ਨੰਬਰ ਦੇ ਲਈ ਜਿਨ੍ਹਾਂ ਨੇ ਵੀ ਆਂਸਰ ਕੀਤਾ ਹੈ ਆਪਸ਼ਨ ਡੀ ਆਪਸ਼ਨ ਡੀ ਆਂਸਰ ਕਰਨ ਵਾਲੇ ਸਾਰੇ ਠੀਕ ਨੇ ਜੀ ਉਪਰੋਕਤ ਸਾਰੇ ਹੀ ਅਰਥ ਬਣਦੇ ਨੇ ਜੀ ਠੀਕ ਹੈ ਜੀ ਜੇ ਦੇ ਅਕੋਰਡਿੰਗ ਆਪਾਂ ਲਈਏ ਤਾਂ ਆਂਸਰ ਇਹ ਵੀ ਸਹੀ ਬਣਦਾ ਹੈ ਬਿਲਕੁਲ ਠੀਕ ਹੈ ਜੀ ਪਰ ਸਭ ਤੋਂ ਸਹੀ ਆਂਸਰ ਜਿਹੜਾ ਹੈ ਦੋੜੇ ਅਤੇ ਕਾਫੀਆਂ ਹੀ ਬਣਦਾ ਹੈ ਬੋਰਡ ਦੇ ਵੱਲੋਂ ਗਲਤ ਆਂਸਰ ਕਰਕੇ ਇਹ ਭਰਤੀ ਨੂੰ ਵੀ ਇਸੇ ਤਰ੍ਹਾਂ ਸਿਰੇ ਚੜਾਇਆ ਗਿਆ ਮਹੀਨਿਆਂ ਦੀ ਵੀ ਕਰਦੇ ਕੀ ਹੈ ਆਪਸ਼ਨ ਨਾ ਪਾਓ ਅਤੇ ਜਾਂ ਫਿਰ ਜਿਵੇਂ ਕੁਆਂਟਿਟੀ ਦੇ ਹਿਸਾਬ ਨਾਲ ਅਸਲ 'ਚ ਹੁਣ ਸਹੀ ਤਾਂ ਸਾਰੀ ਆ ਅਸਲ 'ਚ ਸਹੀ ਤਾਂ ਇਹ ਹੋਣਾ ਚਾਹੀਦਾ ਹੈ ਕਿ ਆਪਸ਼ਨ 3 ਵੱਖੋ ਵੱਖਰੇ ਹੋਣੇ ਚਾਹੀਦੇ ਆ ਸਹੀ ਆਪਸ਼ਨ 1 ਹੀ ਪਾਉਣਾ ਚਾਹੀਦਾ ਫਿਰ ਡਿਉੜਾਂ ਵੀ ਲਿਖੀਆਂ ਹੀ ਨੇ ਸਕਦੇ ਹਾਂ ਨਾ ਆਪਸ਼ਨ 3ੋਂ ਹੀ ਸਹੀ ਨੇ 22 ਨੰਬਰ ਕੁਸ਼ਚਨ ਗੁਰਮਤਿ ਕਾਵਿ ਨੂੰ ਪ੍ਰਭਾਵਿਤ ਕਰਨ ਵਾਲਾ ਸਾਹਿਤਕ ਵਿਰਸਾ ਆਪਸ਼ਨ ਏ ਸਿੱਧ ਨਾਥ ਬਾਣੀ ਬੀ ਭਗਤੀ ਲਹਿਰ ਸੀ ਸਾਮੀ ਅਤੇ ਸਲਾਮੀ ਅਤੇ ਡੀ ਸਾਰੇ 22 ਨੰਬਰ ਕੁਸ਼ਚਨ ਦੇ ਲਈ ਆਂਸਰ ਕਰੋ ਜੀ ਪ੍ਰਸ਼ਨ ਨੰਬਰ 22 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਉਪਰੋਕਤ ਸਾਰੇ ਬਿਲਕੁਲ ਕੁਸ਼ਚਨ ਨੰਬਰ 23 ਦੇ ਵੱਲ ਨੰਬਰ ਏ ਨੀਚਾਂ ਅੰਦਰ ਨੀਚ ਜਾਤ ਨੀਚੀ ਹੂ ਅਤੇ ਨੀਚ 17 ਹਨ ਦਿੱਤੀਆਂ ਗਈਆਂ 17 ਕਿਸ ਦੀਆਂ ਨੇ ਆਪਸ਼ਨ ਏ ਗੁਰੂ ਨਾਨਕ ਦੇਵ ਜੀ ਬੀ ਭਗਤ ਰਵਿਦਾਸ ਜੀ ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਡੀ ਭਗਤ ਧੰਨਾ ਜੀ ਕੁਸ਼ਚਨ ਨੰਬਰ 23 ਦੇ ਲਈ ਆਂਸਰ ਚੁਣਿਆ ਜਾਵੇ ਜੀ ਕਿਸ ਦੀਆਂ 17 ਨੇ ਦਿੱਤੀਆਂ ਗਈਆਂ ਮੌਸਮ ਕਰਕੇ ਜੀ ਨੈਟਵਰਕ ਦੀ ਸਮੱਸਿਆ ਰਹਿੰਦੀ ਹੈ 2 ਦਿਨ ਹੋ ਗਏ ਕਲਾਸਾਂ ਇਸੇ ਕਰਕੇ ਮਿਸ ਹੋਈਆਂ ਅੱਜ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਬਟ ਮੇਰੇ ਪ੍ਰੋਪਰਲੀ ਸਭ ਕੁਛ ਠੀਕ ਚੱਲ ਰਿਹਾ ਮੇ ਬੀ ਹੋ ਸਕਦਾ ਵੀ ਜਿਵੇਂ ਏਰੀਆ ਵਾਈਜ਼ ਕੁਛ ਹੋਵੇ ਸਮੱਸਿਆ ਬਿਲਕੁਲ 23 ਨੰਬਰ ਲਈ ਆਂਸਰ ਕਰਿਆ ਜਾਵੇ ਬਿਲਕੁਲ ਠੀਕ ਆ ਜਿਹੜੇ ਵੀ ਆਂਸਰ ਕਰ ਰਹੇ ਨੇ ਜੀ ਗੁਰੂ ਨਾਨਕ ਦੇਵ ਜੀ ਕੁਸ਼ਚਨ ਨੰਬਰ 24 ਦੇ ਵੱਲ ਵੱਧਦੇ ਹਾਂ ਜੀ ਹਾਕਮ ਸ਼੍ਰੇਣੀ ਦੇ ਲੋਟੂ ਕਿਰਦਾਰ ਨੂੰ ਮੂਰਤੀਮਾਨ ਕੀਤਾ ਗਿਆ ਆਪਸ਼ਨ ਏ ਸਾਹਿਬ ਬਾਣੀ ਵਿੱਚ ਬੀ ਆਸਾ ਦੀ ਵਾਰ ਬਾਣੀ ਵਿੱਚ ਸੀ ਰਹਿਰਾਸ ਬਾਣੀ ਵਿੱਚ ਅਤੇ ਡੀ ਜਾਪ ਸਾਹਿਬ ਵਿੱਚ ਕੁਸ਼ਚਨ ਨੰਬਰ 24 ਲਈ ਆਂਸਰ ਚੁਣੋ ਜੀ
24 ਨੰਬਰ ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ। ਹਾਂਜੀ ਬਿਲਕੁਲ ਠੀਕ ਆ, ਜਿਹੜੇ ਵੀ 24 ਨੰਬਰ ਦੇ ਲਈ ਆਸਾ ਦੀ ਵਾਰ ਆਨਸਰ ਕਰ ਰਹੇ ਨੇ ਜੀ, ਆਸਾ ਦੀ ਵਾਰ ਕਰੈਕਟ ਆਨਸਰ ਹੋਵੇਗਾ। ਬਾਣੀ ਦਾ ਮੂਲ ਪ੍ਰਯੋਜਨ ਹੈ, ਆਪਸ਼ਨ ਏ ਲੌਕਿਕ ਰਸ, ਬੀ ਸੋਹਜ ਦੀ ਸਿਰਜਣਾ, ਸੀ ਸੰਗੀਤਕ ਚੇਤਨਾ, ਡੀ ਪਰਮਾਰਥ ਦੀ ਚੇਤਨਾ। ਕੁਸ਼ਚਨ ਨੰਬਰ 25, 25 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ ਜੀ। ਹਾਂਜੀ 25 ਦੇ ਲਈ ਜਿਹੜੇ ਵੀ ਆਨਸਰ ਕਰ ਰਹੇ ਨੇ ਜੀ, ਆਪਸ਼ਨ ਡੀ ਪਰਮਾਰਥ ਦੀ ਚੇਤਨਾ ਸਹੀ ਆਨਸਰ ਹੋਵੇਗਾ। ਕੁਸ਼ਚਨ ਨੰਬਰ 26, ਨਾਦਰ ਸ਼ਾਹ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਆਪਸ਼ਨ ਏ 1739, ਬੀ 1757, ਸੀ 1799, ਕੋਈ ਨਹੀਂ, 26 ਨੰਬਰ ਲਈ ਕਰੈਕਟ ਆਨਸਰ ਕਰੋ। ਈਜ਼ੀ ਕੁਸ਼ਚਨ ਹੈ, ਸਭ ਨੂੰ ਪਤਾ ਹੋਣਾ, ਬਿਲਕੁਲ ਠੀਕ ਹੈ, ਜਿਹੜੇ ਆਨਸਰ ਕਰ ਰਹੇ ਨੇ 1739, 1739 ਦੇ ਵਿੱਚ ਹਮਲਾ ਕੀਤਾ। ਕੁਸ਼ਚਨ ਨੰਬਰ 27, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗਾਂ ਵਿੱਚ ਬਾਣੀ ਦੀ ਤਰਤੀਬ, ਆਪਸ਼ਨ ਏ ਛੰਤ ਸ਼ਬਦ, ਅਸ਼ਟਪਦੀਆਂ ਵਾਰ, ਭਗਤਾਂ ਦੇ ਸ਼ਬਦ, ਬੀ ਸ਼ਬਦ ਅਸ਼ਟਪਦੀਆਂ ਛੰਤ ਵਾਰ ਭਗਤਾਂ ਦੇ ਸ਼ਬਦ, ਸੀ ਅਸ਼ਟਪਦੀਆਂ ਸ਼ਬਦ ਛੰਤ ਵਾਰ ਭਗਤਾਂ ਦੇ ਸ਼ਬਦ, ਡੀ ਸ਼ਬਦ ਛੰਤ ਅਸ਼ਟਪਦੀਆਂ ਵਾਰ ਭਗਤਾਂ ਦੇ ਸ਼ਬਦ। ਇੱਕ ਸਹੀ ਜੁੱਟ ਹੈ ਚੁਣਿਆ ਜਾਵੇ, ਦਿੱਤੀ ਗਈ ਤਰਤੀਬ ਇੱਕ ਸਹੀ ਹੈ। ਹਾਂਜੀ ਜਿਨ੍ਹਾਂ ਦਾ ਆਂਸਰ ਆ ਰਿਹਾ ਆਪਸ਼ਨ ਬੀ ਸ਼ਬਦ ਅਸ਼ਟਪਦੀਆਂ ਛੰਤ ਵਾਰ ਅਤੇ ਭਗਤਾਂ ਦੇ ਸ਼ਬਦ, ਬਿਲਕੁਲ ਠੀਕ ਹੈ ਜੀ। ਕੁਸ਼ਚਨ ਨੰਬਰ 27 ਤੋਂ ਬਾਅਦ 28 ਵੱਲ ਵੱਧਦੇ ਹਾਂ। ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀਆਂ ਵਾਰਾਂ ਦਰਜ ਹਨ, ਆਪਸ਼ਨ ਹੈ 6, ਬੀ 8, ਸੀ 4, ਡੀ 3, ਬਿਲਕੁਲ ਈਜ਼ੀ ਕੁਸ਼ਚਨ ਹੈ। ਕੁਸ਼ਚਨ ਨੰਬਰ 28 ਲਈ ਕਰੋ ਫਟਾਫਟ ਆਨਸਰ। ਹਾਂਜੀ ਬਿਲਕੁਲ ਠੀਕ, ਜਿਹੜੇ ਆਨਸਰ ਕਰ ਰਹੇ ਨੇ ਜੀ ਆਪਸ਼ਨ ਏ, ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ ਦਰਜ ਨੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕੁਸ਼ਚਨ ਨੰਬਰ 29 ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਕਿੰਨੇ ਰਾਗ ਵਿੱਚ ਦਰਜ ਹੈ, ਆਪਸ਼ਨ 31, ਬੀ 19, ਸੀ 22, ਡੀ 21। ਪ੍ਰਸ਼ਨ ਨੰਬਰ 29 ਦੇ ਲਈ ਆਨਸਰ ਚੁਣੋ ਜੀ, 29 ਨੰਬਰ ਲਈ ਆਨਸਰ ਚੁਣਿਆ ਜਾਵੇ ਜੀ। ਭਗਤਾਂ ਦੀ ਬਾਣੀ ਕਿੰਨੇ ਰਾਗਾਂ ਦੇ, ਭਗਤਾਂ ਦੀ ਬਾਣੀ ਸੰਪਾਦਨਾ ਦੇ ਕਾਰਜ ਦਾ ਆਰੰਭ ਅਤੇ ਸੰਪੰਨ, ਆਰੰਭ ਸਾਲ ਅਤੇ ਸੰਪੰਨ ਕਰਨ ਦਾ ਸਾਲ ਸਹੀ ਚੁਣਨਾ ਹੈ, ਆਪਸ਼ਨ ਏ 1601 ਤੋਂ 1604, ਬੀ 1602 ਤੋਂ 1604, ਸੀ 1603 ਤੋਂ 1604, ਡੀ 1600 ਤੋਂ 1604। ਪ੍ਰਸ਼ਨ ਨੰਬਰ 30 ਦੇ ਲਈ ਆਨਸਰ ਚੁਣੋ ਜੀ। ਹਾਂਜੀ 30 ਨੰਬਰ ਦੇ ਲਈ ਸਹੀ ਆਨਸਰ ਕਰੋ ਜੀ। ਜੀ 30 ਨੰਬਰ ਦੇ ਲਈ ਜਿਨ੍ਹਾਂ ਨੇ ਆਨਸਰ ਆਪਸ਼ਨ ਏ ਕੀਤਾ ਹੈ, ਬਿਲਕੁਲ ਠੀਕ ਹੈ ਜੀ। ਦੇਖੋ ਬੁੱਕਸ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਜੀ, ਬੁੱਕਸ ਦਾ ਐਂ ਹੈ ਜੀ ਕਿ ਯੂਨੀਵਰਸਿਟੀ ਦੀ ਅਵੇਲੇਬਲ ਨਹੀਂ ਹੈ ਜੀ ਆਪਣੇ ਕੋਲ, ਜਿਹੜੀ ਆਪਾਂ ਦੂਸਰੀ ਪੰਜਾਬੀ ਸਾਹਿਤ ਦਾ ਗੁਲਦਸਤਾ ਪਾਰਟ 2 ਜਿਹੜਾ ਆਪਾਂ ਕਰ ਰਹੇ ਸੀ ਉਹਦੀ ਸਾਰਾ ਰੈਡੀ ਹੋਣ ਦੇ ਬਾਅਦ ਵੀ ਅਸਲ 'ਚ ਇੱਕ ਸਮੱਸਿਆ ਆ ਗਈ ਸੀ, ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਕਿ ਕੰਪਿਊਟਰ ਫਾਰਮੈਟ ਹੋ ਗਿਆ ਸੀ, ਜਿਸ ਕਰਕੇ ਉਹਦੇ 'ਤੇ ਦੁਬਾਰਾ ਮੈਨੂੰ ਕੰਮ ਕਰਨਾ ਪੈ ਰਿਹਾ, ਸੋ ਕੰਮ ਚੱਲ ਰਿਹਾ, ਜਲਦ ਕੰਪਲੀਟ ਹੋ ਜਾਵੇਗੀ। ਅਤੇ 31 ਨੰਬਰ ਲਈ ਆਨਸਰ ਚੁਣੋ, ਗੁਰੂ ਰਾਮਦਾਸ ਜੀ ਨੇ ਘੋੜੀਆਂ ਦੀ ਰਚਨਾ ਕਿਸ ਰਾਗ ਵਿੱਚ ਕੀਤੀ, ਆਪਸ਼ਨ ਏ ਮਲਾਰ, ਬੀ ਰਾਮਕਲੀ, ਸੀ ਬਿਹਾਗੜਾ, ਡੀ ਵਡਹਾਂਸ। ਪ੍ਰਸ਼ਨ ਨੰਬਰ 31 ਦੇ ਲਈ ਜਿਨ੍ਹਾਂ ਦਾ ਆਨਸਰ ਆਇਆ ਵਡਹਾਂਸ, ਆਪਸ਼ਨ ਡੀ। ਕੁਸ਼ਚਨ ਨੰਬਰ 32, ਕਾਵਿ ਰੂਪ ਦੀ ਤੁਲਨਾ ਕੀਤੀ ਜਾਂਦੀ, ਆਪਸ਼ਨ ਏ ਥਿੱਤ ਨਾਲ, ਬੀ ਕਾਫੀ ਨਾਲ, ਸੀ ਸੀਰਫੀ ਨਾਲ, ਡੀ ਸ਼ਲੋਕ ਨਾਲ। ਹਾਂਜੀ
32 ਨੰਬਰ ਲਈ ਕਰੈਕਟ ਆਨਸਰ ਕਰੋ ਜੀ। ਜੀ ਬਿਲਕੁਲ ਠੀਕ ਆ, ਜਿਹੜੇ ਵੀ ਆਨਸਰ ਕਰ ਰਹੇ ਨੇ 32 ਨੰਬਰ ਦੇ ਲਈ ਆਪਸ਼ਨ ਸੀ, ਕਿਉਂਕਿ ਪੱਟੀ ਅਤੇ ਸੀਰਪੀ ਦੋਵੇਂ ਹੀ ਅੱਖਰ ਕ੍ਰਮ ਅਨੁਸਾਰ ਚੱਲਣ ਵਾਲੀਆਂ ਰਚਨਾਵਾਂ ਨੇ। ਕੁਐਸਚਨ ਨੰਬਰ 1 ਆਦਿ ਗ੍ਰੰਥ ਵਿੱਚ ਕਬੀਰ ਦਰਜ ਹਨ, ਆਪਸ਼ਨ ਏ 541, ਬੀ 540, ਸੀ 542 ਅਤੇ ਡੀ ਕੋਈ 33 ਨੰਬਰ ਲਈ ਕੁਰੈਕਟ ਆਨਸਰ ਕਰੋ ਜੀ। ਹਾਂਜੀ ਹਾਂਜੀ 33 ਨੰਬਰ ਲਈ, ਜਿਨ੍ਹਾਂ ਦਾ ਵੀ ਆਨਸਰ ਆ ਰਿਹਾ 33 ਨੰਬਰ ਦੇ ਲਈ। 500 ਦੇਖੋ 41 ਪਹਿਲਾਂ ਆਨਸਰ ਕੀਤਾ ਗਿਆ, ਬਟ ਓਬਜੈਕਸ਼ਨ ਤੋਂ ਆਨਸਰ ਬਦਲਿਆ ਗਿਆ, ਕੋਈ ਨਹੀਂ ਕੁਰੈਕਟ ਆਨਸਰ ਹੋਇਆ। ਅਸਲ 'ਚ ਦਿੱਤੀਆਂ ਗਈਆਂ ਸਾਰੀਆਂ ਆਪਸ਼ਨ ਗਲਤ ਨੇ, ਆਨਸਰ ਇਹਦੇ ਵੀ ਅੱਡ ਅੱਡ ਮਿਲਦੇ ਨੇ। ਇੱਕ ਮਿਲਦਾ ਜੀ 243 ਅਤੇ 224, ਇਹ ਅੱਡ ਅੱਡ ਤੁਹਾਨੂੰ ਆਪਸ਼ਨ ਦੇਖਣ ਨੂੰ ਮਿਲਣਗੇ। ਸ਼ਬਦ ਅਤੇ ਸਲੋਕ, ਇਹ ਮੈਨੂੰ ਲੱਗਦਾ ਜਿਹੜਾ ਇਹ ਆਪਸ਼ਨ ਪਹਿਲਾਂ ਕੀਤਾ ਗਿਆ, ਦੋਹਾਂ ਨੂੰ ਜੋੜ ਕੇ ਆਨਸਰ ਕੀਤਾ ਗਿਆ ਸੀ, ਬਟ ਇੱਥੇ ਸਿਰਫ ਸਲੋਕ ਪੁੱਛੇ ਗਏ ਨੇ, ਸੋ ਆਪਸ਼ਨ ਡੀ ਸਭ ਤੋਂ ਕੁਰੈਕਟ ਬਣੇਗਾ, ਅਤੇ ਓਬਜੈਕਸ਼ਨ ਤੋਂ ਬਾਅਦ ਇਸ ਨੂੰ ਹੀ ਸਹੀ ਕੀਤਾ ਗਿਆ। ਕੁਐਸਚਨ ਨੰਬਰ 34, ਨੀਚੇ ਉੱਚ ਕਰੈ ਮੇਰਾ ਗੋਬਿੰਦ, 3 ਮਿਸਟੇਕ ਨਾਲ ਪੈ ਗਿਆ ਜੀ। ਹਾਂਜੀ ਨੀਚੇ ਉੱਚ ਕਰੈ ਮੇਰਾ ਗੋਬਿੰਦ, ਇਹ 17 ਹਨ। ਆਪਸ਼ਨ ਹੈ ਗੁਰੂ ਤੇਗ ਬਹਾਦਰ ਜੀ ਦੀਆਂ, ਬੀ ਭਗਤ ਰਵਿਦਾਸ ਜੀ ਦੀਆਂ, ਸੀ ਭਗਤ ਨਾਮਦੇਵ ਜੀ ਦੀਆਂ ਅਤੇ ਡੀ ਤੁਲਸੀਦਾਸ। ਕੁਐਸਚਨ ਨੰਬਰ 34 ਦੇ ਲਈ ਕਰੈਕਟ ਆਨਸਰ ਕਰੋ ਜੀ। ਹਾਂਜੀ ਬਿਲਕੁਲ ਜੀ, ਕੁਐਸਚਨ ਨੰਬਰ 34 ਲਈ ਕੁਰੈਕਟ ਆਨਸਰ ਕਰਿਆ ਜਾਵੇ। 34 ਨੰਬਰ ਲਈ ਜਿਹੜੇ ਆਪਸ਼ਨ ਬੀ ਦੇ ਨਾਲ ਜਾ ਰਹੇ ਨੇ, ਭਗਤ ਰਵਿਦਾਸ ਜੀ, ਬਿਲਕੁਲ ਠੀਕ ਆਨਸਰ ਹੋਵੇਗਾ। ਕੁਐਸਚਨ ਨੰਬਰ 35 ਦੇ ਵੱਲ ਵੱਧਦੇ ਹਾਂ। ਗੁਰੂ ਅੰਗਦ ਦੇਵ ਜੀ ਦੀ ਰਚਨਾ ਦਾ ਮੂਲ ਆਧਾਰ ਹੈ, ਆਪਾਤ, ਬੀ ਸਮਾਜਿਕ ਵਿਅੰਗ, ਸੀ ਜ਼ੁਲਮ ਅਤੇ ਤਸ਼ੱਦਦ ਅਤੇ ਡੀ ਹੈ ਗੁਰ ਮਹਿਮਾ। ਕੁਐਸਚਨ ਨੰਬਰ 35, 35 ਨੰਬਰ ਲਈ ਕੁਰੈਕਟ ਆਨਸਰ ਕਰਿਆ ਜਾਵੇ ਜੀ। 35 ਦੇ ਲਈ ਕੁਰੈਕਟ ਆਨਸਰ ਹੋਵੇਗਾ ਜੀ ਆਪਸ਼ਨ ਡੀ, ਗੁਰ ਮਹਿਮਾ, ਬਿਲਕੁਲ ਠੀਕ ਆ। ਡੀ ਆਨਸਰ ਕਰਨ ਵਾਲੇ ਕੁਐਸਚਨ ਨੰਬਰ 36 ਦੇ ਵੱਲ ਵੱਧਦੇ ਹਾਂ ਜੀ। 36 ਨੰਬਰ ਹੈ, ਗੁਰੂ ਅਮਰਦਾਸ ਜੀ ਮੁੱਢ ਵਿੱਚ ਕਿਸ ਮਤ ਦੇ ਅਨੁਯਾਈ? ਆਪਸ਼ਨ ਏ ਨਾਥ ਮਤ, ਬੀ ਸਿੱਧ ਮਤ, ਸੀ ਵੈਸ਼ਨੋ ਮਤ, ਡੀ ਕੋਈ ਨਹੀਂ। ਪ੍ਰਸ਼ਨ ਨੰਬਰ 36 ਦੇ ਲਈ ਆਨਸਰ ਕਰੋ ਜੀ। ਹਾਂਜੀ 36 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਜਿਨ੍ਹਾਂ ਦਾ ਆਨਸਰ ਆ ਰਿਹਾ ਜੀ ਵੈਸ਼ਨੋ ਮਤ, ਬਿਲਕੁਲ ਸਹੀ ਆਨਸਰ ਹੈ, ਸੀ ਆਪਸ਼ਨ, ਸੀ ਆਨਸਰ ਕਰਨ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 37, ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਸਨ? ਆਪਸ਼ਨ ਏ ਗੁਰੂ ਹਰਗੋਬਿੰਦ ਜੀ, ਬੀ ਗੁਰੂ ਅਰਜਨ ਦੇਵ ਜੀ, ਸੀ ਗੁਰੂ ਹਰ ਰਾਏ ਜੀ, ਡੀ ਕੋਈ ਨਹੀਂ। ਕੁਐਸਚਨ ਨੰਬਰ 37 ਲਈ ਆਨਸਰ ਕਰੋ ਜੀ। 37 ਨੰਬਰ ਦੇ ਲਈ ਕੁਰੈਕਟ ਆਨਸਰ ਚੁਣਿਆ ਜਾਵੇ ਜੀ, ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਸਨ। ਹਾਂਜੀ 37 ਲਈ ਆਨਸਰ ਹੋਵੇਗਾ ਜੀ ਆਪਸ਼ਨ ਬੀ ਕੁਰੈਕਟ, ਗੁਰੂ ਅਰਜਨ ਦੇਵ ਜੀ, ਬੀ ਆਨਸਰ ਕਰਨ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 38 ਨੰਬਰ ਹੈ, ਪੰਜਾਬ ਦੀ ਡਾਕਟਰ ਗੰਡਾ ਸਿੰਘ, ਬੀ ਡਾਕਟਰ ਰਤਨ ਸਿੰਘ ਜੱਗੀ, ਸੀ ਪਿਆਰਾ ਸਿੰਘ ਪਦਮ ਅਤੇ ਡੀ ਡਾਕਟਰ ਧਰਮ ਸਿੰਘ। ਕੁਐਸਚਨ ਨੰਬਰ 38 ਲਈ ਆਨਸਰ ਚੁਣੋ ਜੀ, 38 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ
ਪੰਜਾਬ ਦੀ ਵਾਰ, ਪੰਜਾਬ ਦੀ ਵਾਰ ਦਾ ਕਰਤਾ ਪੁੱਛਿਆ, ਪੰਜਾਬ ਦੀ ਵਾਰ ਦਾ ਰਚੇਤਾ ਪੁੱਛਿਆ ਹੈ। ਸੋ ਜਿਨ੍ਹਾਂ ਨੇ ਆਂਸਰ ਕੀਤਾ ਹੈ ਡਾਕਟਰ ਗੰਡਾ ਆਂਸਰ ਹੈ ਕੁਸ਼ਚਨ ਨੰਬਰ 39। ਸਿਰਖਾਂਤ ਕਿੱਥੇ ਹੁੰਦਾ? ਆਪਸ਼ਨ ਏ ਸ਼ੁਰੂ ਵਿੱਚ ਵੀ, ਮੱਧ ਵਿੱਚ ਸੀ, ਅੰਤ ਵਿੱਚ ਡੀ ਕੋਈ ਨਹੀਂ। ਨੰਬਰ ਦੇ ਲਈ ਸਹੀ ਆਂਸਰ ਕਰੋ ਜੀ, ਸਿਰਖੰਡੀ ਛੰਦ ਵਿੱਚ ਤੁਕਾਂਤ ਕਿੱਥੇ ਹੁੰਦਾ? ਬਿਲਕੁਲ ਠੀਕ ਆ, ਜਿਹੜੇ ਵੀ 39 ਨੰਬਰ ਦੇ ਲਈ ਆਂਸਰ ਕਰ ਰਹੇ ਨੇ ਮੱਧ ਦੇ ਵਿੱਚ, ਠੀਕ ਆਂਸਰ ਹੈ ਬੀ। ਨੰਬਰ 40 ਸ਼ਰਾਬ ਦੀ ਵਾਰ ਦਾ ਰਚ ਮੋਹਨ ਸਿੰਘ, ਬੀ ਆਪਸ਼ਨ ਏ ਮੋਹਨ ਸਿੰਘ, ਬੀ ਹਜ਼ਾਰਾ ਸਿੰਘ ਗੁਰਦਾਸਪੁਰੀ, ਸੀ ਜਸੋਦਾ ਨੰਦਨ ਅਤੇ ਡੀ ਹਰਵਿੰਦਰ ਸਿੰਘ। ਹਰਿੰਦਰ ਸਿੰਘ ਨੂਰ ਆਉਣਾ ਸੀ ਇੱਥੇ, ਹਰਵਿੰਦਰ ਲਿਖਿਆ ਗਿਆ, ਸੋਰੀ, ਹਾਂਜੀ ਹਰਿੰਦਰ ਸਿੰਘ ਨੂਰ। ਕੁਸ਼ਚਨ ਨੰਬਰ 40 ਦੇ ਲਈ ਆਂਸਰ ਕਰੋ ਜੀ, ਸ਼ਰਾਬ ਦੀ ਵਾਰ ਦਾ ਰਚਿਤਾ ਪੁੱਛਿਆ ਹੈ, ਸ਼ਰਾਬ ਦੀ ਵਾਰ ਕਿਸ ਦੁਆਰਾ ਲਿਖੀ ਗਈ ਹੈ? ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ 40 ਨੰਬਰ ਦੇ ਲਈ, ਆਪਸ਼ਨ ਬੀ ਹਜ਼ਾਰਾ ਸਿੰਘ ਗੁਰਦਾਸਪੁਰੀ। ਕੁਸ਼ਚਨ ਨੰਬਰ ਇੱਥੇ 22 ਨਹੀਂ ਆਵੇਗਾ ਆਂਸਰ, ਆਪਸ਼ਨ ਬੀ ਹੀ ਆਵੇਗਾ, ਹਜ਼ਾਰਾਪੁਰੀ, ਬੀ ਆਂਸਰ ਕੁਰੈਕਟ ਹੈ ਜੀ। ਕੁਸ਼ਚਨ ਨੰਬਰ 41, 41 ਨੰਬਰ ਗੁਜ਼ਰੀ ਦੀ ਵਾਰ ਨੂੰ ਕਿਸ ਧੁਨੀ 'ਤੇ ਗਾਉਣ ਲਈ ਕਿਹਾ ਹੈ? ਆਪਸ਼ਨ ਏ ਟੁੰਡੇ ਅਸਰਾਜੇ ਦੀ, ਬੀ ਲੱਲਾ ਬਹਿਲੀਮਾ ਦੀ, ਸੀ ਮੂਸੇ ਦੀ ਵਾਰ ਅਤੇ ਡੀ ਸਿਕੰਦਰ ਇਬਰਾਹਿਮ ਦੀ ਧੁਨੀ। ਕੁਸ਼ਚਨ ਨੰਬਰ 41 ਨੰਬਰ ਆਂਸਰ ਕਰਿਆ ਜਾਵੇ ਜੀ, ਹਾਂਜੀ 41 ਨੰਬਰ ਦੇ ਲਈ ਕੁਰੈਕਟ ਆਂਸਰ ਕਰੋ ਜੀ। ਜਿਨ੍ਹਾਂ ਦਾ ਆਂਸਰ ਆ ਰਿਹਾ ਜੀ ਗੁਜਰੀ ਦੀ ਵਾਰ, ਹਾਂਜੀ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਸਿਕੰਦਰ ਇਬਰਾਹਿਮ ਦੀ, ਡੀ ਆਂਸਰ ਕੁਰੈਕਟ ਹੋਵੇਗਾ। ਕੁਸ਼ਚਨ ਨੰਬਰ, ਹਾਂਜੀ ਠੀਕ ਹੈ, ਕੁਸ਼ਚਨ ਨੰਬਰ 42 ਦੀ ਚੰਡੀ ਦੀ ਵਾਰ ਦੀ ਭਾਸ਼ਾ ਹੈ? ਆਪਸ਼ਨ ਏ ਠੇਠ ਪੰਜਾਬੀ, ਬੀ ਬ੍ਰਿਜ ਭਾਸ਼ਾ, ਸੀ ਸੰਸਕ੍ਰਿਤ ਅਤੇ ਡੀ ਫਾਰਸੀ। ਕੁਸ਼ਚਨ ਨੰਬਰ 42 ਦੇ ਲਈ ਆਂਸਰ ਕਰੋ ਜੀ, 42 ਨੰਬਰ ਕੁਰੈਕਟ ਆਂਸਰ ਕਰਿਆ ਜਾਵੇ, ਹਾਂਜੀ ਚੰਡੀ ਦੀ ਵਾਰ ਪੰਜਾਬੀ, ਬਿਲਕੁਲ ਠੀਕ ਹੈ। ਏ ਆਪਸ਼ਨ ਕਰਨ ਵਾਲੇ ਇੱਥੇ ਕਰ ਦਿੰਦੇ ਨੇ, ਪਤਾ ਗੜਬੜ ਹੋ ਗਈ, ਗੜਬੜ ਇਹ ਹੋ ਗਈ ਕਿ ਜਿਹੜਾ ਇੰਗਲਿਸ਼ ਦੇ ਸ਼ਬਦ ਸੀ ਉਹ ਪੰਜਾਬੀ 'ਚ ਹੀ ਰਹਿ ਗਏ, ਕਨਵਰਟ ਨਹੀਂ ਕੀਤੇ ਗਏ। ਚਲੋ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਹਾਂਜੀ ਸੰਸਾਰ ਪ੍ਰਸਿੱਧ ਨਾਵਲ ਦਾ ਪਿਲਗ੍ਰਿਮ, ਪ੍ਰੋਗਰਾਮਸ, ਅਸਲ 'ਚ ਇਸ ਕੁਸ਼ਚਨ ਨੂੰ ਸਕਿੱਪ ਕਰਨ 'ਚ ਹੀ ਫਾਇਦਾ। ਇੱਥੇ ਜਿਹੜਾ ਇਹ ਸ਼ਬਦ ਹੈ ਇੰਗਲਿਸ਼ ਦਾ ਸੀ ਜੋ ਕਿ ਕਨਵਰਟ ਕਰਨਾ ਰਹਿ ਗਿਆ ਜੀ, ਠੀਕ ਹੈ। ਪਿਲਗ੍ਰਿਮਸ ਪ੍ਰੋਗਰੈਸਸ, ਠੀਕ ਹੈ ਜੀ, ਹਾਂਜੀ ਇਹੀ ਬਣੇਗਾ। ਸਰਕਾਰ ਪ੍ਰਸਿੱਧ ਨਾਵਲ ਦਾ ਪਿਲਗ੍ਰਿਮਸ ਪ੍ਰੋਸੈਸ ਦਾ ਪੰਜਾਬੀ ਅਨੁਵਾਦ ਹੋਇਆ, ਜੇ ਪੰਜਾਬੀ ਅਨੁਵਾਦ ਹੀ ਹੋ ਗਿਆ ਇੰਗਲਿਸ਼ ਦਾ ਸਰ, ਹੋਇਆ ਹੀ ਨਹੀਂ। ਹਾਂਜੀ ਇਹ ਆਂਸਰ ਕੁਸ਼ਚਨ ਇਹੀ ਬਣਿਆ ਕਿ ਸੰਸਾਰ ਪ੍ਰਸਿੱਧ ਨਾਵਲ ਦਾ ਪਿਲਗ੍ਰਿਮਸ ਪ੍ਰੋਸੈਸ ਦਾ ਪੰਜਾਬੀ ਅਨੁਵਾਦ ਹੋਇਆ, ਕਦੋਂ ਹੋਇਆ? ਆਪਸ਼ਨ ਏ 1858, ਬੀ 1859, ਸੀ 1869, ਡੀ ਕੋਈ ਨਹੀਂ।
43 ਨੰਬਰ ਦੇ ਲਈ ਆਂਸਰ ਕਰੋ ਜੀ। ਜੀ ਯਾਤਰਾ, ਠੀਕ ਹੈ ਜੀ। 43 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਬਿਲਕੁਲ ਠੀਕ ਹੈ। ਜਿਹੜੇ 1859 ਆਂਸਰ, ਇਹਦੇ ਵੀ ਦੇਖੋ ਆਂਸਰ ਅੱਡ ਅੱਡ ਮਿਲਦੇ ਨੇ, 58 ਵੀ ਮਿਲਦਾ, 59 ਵੀ ਮਿਲਦਾ, ਪਰ ਬੋਰਡ ਦੇ ਵੱਲੋਂ ਆਂਸਰ ਕੀਤਾ ਗਿਆ ਬੀ ਆਪਸ਼ਨ 1859। ਕੁਸ਼ਚਨ ਨੰਬਰ 44 ਦੇ ਵੱਲ ਵੱਧਦੇ ਹਾਂ ਜੀ। ਵਾਰਤਕ ਸ਼ਬਦ ਬਣਿਆ ਹੈ ਉਰਦੂ ਤੋਂ, ਬੀ ਵਾਰਤਾ ਤੋਂ, ਸੀ ਵਾਰ ਤੋਂ, ਡੀ ਕੋਈ ਨਹੀਂ। 44 ਨੰਬਰ ਲਈ ਕੁਰੈਕਟ ਆਂਸਰ ਕਰੋ ਜੀ। ਹਾਂਜੀ ਜੀ, ਨੰਬਰ 44 ਦੇ ਲਈ ਵਿਰੀ ਧਾਤੂ ਜਿਨ੍ਹਾਂ ਨੇ ਆਂਸਰ ਕੀਤਾ ਹੈ ਆਪਸ਼ਨ ਏ, ਸਭ ਦਾ ਠੀਕ ਹੈ। 45 ਨੰਬਰ ਕੁਸ਼ਚਨ ਏ, ਕੱਤਕ ਕੇ ਵਿਸਾਖ ਦਾ ਰਚਯਿਤਾ ਹੈ ਆਪਸ਼ਨ ਏ ਅਰਨੈਸਟ ਟਰੰਪ, ਬੀ ਕਰਮ ਸਿੰਘ, ਸੀ ਗੰਡਾ ਸਿੰਘ ਅਤੇ ਡੀ ਸ਼ਮਸ਼ੇਰ ਸਿੰਘ। 45 ਨੰਬਰ ਕੁਸ਼ਚਨ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਪ੍ਰਸ਼ਨ ਨੰਬਰ 45, ਕੱਤਕ ਕੇ ਵਿਸਾਖ ਕਿਸ ਦੀ ਪੁਸਤਕ ਹੈ, ਕਿਸ ਦੀ ਰਚਨਾ ਹੈ, ਜਿਨ੍ਹਾਂ ਦਾ ਵੀ ਆਂਸਰ ਆਪਸ਼ਨ ਬੀ ਕਰਮ ਸਿੰਘ ਆਇਆ ਹੈ। ਬਿਲਕੁਲ ਠੀਕ ਆਂਸਰ ਹੈ ਜੀ, ਆਪਸ਼ਨ ਬੀ। ਆਈ ਥਿੰਕ ਇਹਨਾਂ ਦਾ ਪੂਰਾ ਨਾਮ ਵਿਕਟੋਰੀਅਨ ਹੈ। ਕੁਸ਼ਚਨ ਨੰਬਰ 46 ਦੇ ਵੱਲ ਵੱਧਦੇ ਹਾਂ ਜੀ। 46 ਨੰਬਰ, ਮਨੋਹਰਦਾਸ ਮਿਹਰਬਾਨ ਦੇ ਪਿਤਾ ਦਾ ਨਾਮ ਹੈ, ਆਪਸ਼ਨ ਏ ਗੁਰੂ ਅਰਜਨ ਦੇਵ ਜੀ, ਬੀ ਪ੍ਰਥੀ ਚੰਦ, ਸੀ ਗੁਰੂ ਰਾਮਦਾਸ ਜੀ ਅਤੇ ਡੀ ਬਿਧੀ ਚੰਦ। ਕੁਸ਼ਚਨ ਨੰਬਰ 46 ਦੇ ਲਈ ਆਂਸਰ ਕਰੋ ਜੀ। ਜੀ ਪ੍ਰਸ਼ਨ ਨੰਬਰ 46 ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਬਿਲਕੁਲ ਠੀਕ। ਕੁਸ਼ਚਨ ਨੰਬਰ 47, 47 ਨੰਬਰ, ਸਾਖੀਆਂ ਦੀ ਭਾਸ਼ਾ ਕਿਸ ਦੇ ਨੇੜੇ ਹੈ, ਆਪਸ਼ਨ ਏ ਟਕਸਾਲੀ ਪੰਜਾਬੀ, ਬੀ ਲਹਿੰਦੀ, ਸੀ ਅਰਬੀ ਫਾਰਸੀ ਅਤੇ ਡੀ ਉਰਦੂ। ਕੁਸ਼ਚਨ ਨੰਬਰ 47 ਲਈ ਕੁਰੈਕਟ ਆਂਸਰ ਚੁਣਿਆ ਜੀ। ਕੁਸ਼ਚਨ ਨੰਬਰ 47 ਲਈ ਕੁਰੈਕਟ ਆਂਸਰ ਚੁਣਿਆ ਜਾਵੇ, ਆਦਿ ਸਾਖੀਆਂ ਦੀ ਭਾਸ਼ਾ ਕਿਸ ਦੇ ਨੇੜੇ ਹੈ, ਬਿਲਕੁਲ ਸਹੀ ਉੱਤਰ ਹੈ। ਜਿਹੜੇ ਟਕਸਾਲੀ ਪੰਜਾਬੀ ਆਂਸਰ ਕਰ ਰਹੇ ਨੇ ਆਪਸ਼ਨ ਏ 48। ਗਿਆਨ ਰਤਨਾਵਲੀ ਆਧਾਰ ਹੈ, ਆਪਸ਼ਨ ਏ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ, ਬੀ ਬੀ 40 ਵਾਲੀ ਜਨਮ ਸਾਖੀ, ਬੀ 40 ਜਨਮ ਸਾਖੀ, ਸੀ ਕੋਸ਼ਟਾਂ ਅਤੇ ਡੀ ਭਾਈ ਗੁਰਦਾਸ ਜੀ ਦੀ 10ਵੀਂ ਵਾਰ। 48 ਨੰਬਰ ਲਈ ਕੁਰੈਕਟ ਆਂਸਰ ਕਰੋ। ਦੇਖੋ ਇਸ ਤਰ੍ਹਾਂ ਦਾ ਜਦੋਂ ਪ੍ਰਸ਼ਨ ਆਉਂਦਾ ਤਾਂ ਬੜੀ ਆਸਾਨੀ ਨਾਲ ਤੁਸੀਂ ਆਂਸਰ ਕਰ ਦਿੰਦੇ ਹੋ, ਕਿਉਂਕਿ ਇਹਦੇ ਵਿੱਚ 11ਵੀਂ ਵਾਰ ਆਪਸ਼ਨ ਦੇ ਵਿੱਚ ਨਹੀਂ ਦਿੱਤਾ ਗਿਆ, ਤਾਂ ਕਲੀਅਰ ਹੋ ਜਾਂਦਾ ਕਿ ਪਹਿਲੀ ਵਾਰ ਹੀ ਹੋਣੀ, ਕਿਉਂਕਿ ਗਿਆਨ ਰਤਨਾਵਲੀ ਅਤੇ ਭਗਤ ਰਤਨਾਵਲੀ ਇਹੀ ਮਤਲਬ ਦੋ ਕੁਸ਼ਚਨ ਨੇ ਅਤੇ ਪਹਿਲੀ ਅਤੇ 11ਵੀਂ ਵਾਰ 'ਤੇ ਆਧਾਰਿਤ ਨੇ, ਠੀਕ ਹੈ। ਸੋ 48 ਨੰਬਰ ਦੇ ਲਈ ਇੱਥੇ ਜਿਨ੍ਹਾਂ ਨੇ ਆਂਸਰ ਆਪਸ਼ਨ ਏ ਕੀਤਾ ਪਹਿਲੀ ਵਾਰ, ਬਿਲਕੁਲ ਠੀਕ ਹੈ। ਹੁਣ ਕਨਫਿਊਜ਼ਨ ਜਿਨ੍ਹਾਂ ਨੂੰ ਹੁੰਦੀ ਹੈ, ਉਹਨਾਂ ਪਹਿਲਾਂ ਵੀ ਮੈਂ ਟ੍ਰਿਕ ਦੱਸੀ ਅਤੇ ਹੁਣ ਫਿਰ ਦੱਸ ਰਿਹਾ ਕਿ ਜਦੋਂ ਗਿਆਨ ਹੈ ਉਦੋਂ 11ਵੀਂ ਨਹੀਂ ਹੈ, ਠੀਕ ਹੈ। ਗਿਆਨ ਸਿਮਲਰ 11ਵੀਂ ਨਾਲ ਮੈਚ ਕਰਦਾ ਬਟ ਨਹੀਂ ਹੈ, ਯਾਨੀ ਕਿ 11ਵੀਂ ਵਾਰ 'ਤੇ ਆਧਾਰਿਤ ਨਹੀਂ ਹੈ, ਉਦੋਂ ਪਹਿਲੀ ਵਾਰ ਆਂਸਰ ਹੋਵੇਗਾ। ਅਤੇ ਜੇ ਭਗਤ ਹੈ ਤਾਂ ਫਿਰ ਅੰਡਰਸਟੈਂਡਿੰਗ ਗੱਲ ਹੈ ਕਿ ਭਗਤ ਰਤਨਾਵਲੀ 11ਵੀਂ 'ਤੇ ਹੋਵੇਗੀ, ਕਿਉਂਕਿ ਉਹਦੇ ਨਾਲ ਮੈਚ ਨਹੀਂ ਕਰਨਾ, ਮਤਲਬ ਮੈਚ ਨਹੀਂ ਕਰਨਾ ਚਾਹੀਦਾ, ਇਹ ਚੀਜ਼ ਨੂੰ ਮਾਇੰਡ 'ਚ ਰੱਖਣਾ। ਕੁਸ਼ਚਨ ਨੰਬਰ 49, ਪਰਚੀਆਂ ਸੇਵਾਦਾਸ ਭਾਸ਼ਾ ਵਿਭਾਗ ਪੰਜਾਬ ਦਾ ਸੰਪਾਦਕ ਹੈ, ਪਦਮ, ਬੀ ਗੋਬਿੰਦ ਸਿੰਘ ਲਾਂਬਾ, ਸੀ ਪ੍ਰੋਫੈਸਰ ਹਰੀ ਸਿੰਘ ਅਤੇ ਡੀ ਡਾਕਟਰ ਗੁਰਚਰਨ ਸਿੰਘ। ਕੁਸ਼ਚਨ ਨੰਬਰ 49 ਦੇ ਲਈ ਕੁਰੈਕਟ ਆਂਸਰ ਕਰੋ। 49 ਨੰਬਰ ਕੁਸ਼ਚਨ ਲਈ ਕੁਰੈਕਟ ਆਂਸਰ ਕਰਿਆ ਜਾਵੇ।
ਬਿਲਕੁਲ ਠੀਕ ਆ, ਜਿਨ੍ਹਾਂ ਨੇ ਆਂਸਰ ਕੀਤਾ ਹੈ ਪ੍ਰੋਫੈਸਰ ਹਰੀ ਸਿੰਘ। ਹਾਂਜੀ, ਸੀ ਆਪਸ਼ਨ ਕੁਰੈਕਟ ਆਂਸਰ ਹੋਵੇਗਾ। ਕੁਐਸਚਨ ਨੰਬਰ 50, ਖਾਤੇ ਨਿਬੰਧ ਰੂਪ ਹਨ, ਆਪਸ਼ਨ ਏ ਗੁਰਬਚਨ ਸਿੰਘ ਤਾਲਿਬ, ਬੀ ਸੰਤ ਸਿੰਘ ਸੇਖੋਂ, ਸੀ ਪ੍ਰਿੰਸੀਪਲ ਸੁਜਾਨ ਸਿੰਘ, ਡੀ ਡਾਕਟਰ ਹਰਭਜਨ ਸਿੰਘ। ਕੁਐਸਚਨ ਨੰਬਰ 50 ਲਈ ਆਂਸਰ ਕਰਿਆ ਜਾਵੇ ਜੀ। ਜੀ ਥੈਂਕਸ ਜੀ। ਕੁਐਸਚਨ ਨੰਬਰ 50 ਲਈ ਕਰੈਕਟ ਆਂਸਰ ਕਰਿਆ ਜਾਵੇ ਜੀ। ਆਖਰੀ ਕੁਐਸਚਨ ਹੋਵੇਗਾ ਜੀ ਅੱਜ ਦੀ ਕਲਾਸ ਦਾ। ਹਾਂਜੀ ਬਿਲਕੁਲ ਠੀਕ ਹੈ ਜੀ, ਜਿਹੜੇ ਆਂਸਰ ਕਰ ਰਹੇ ਨੇ ਜੀ ਡਾਕਟਰ ਹਰਭਜਨ ਸਿੰਘ। ਡਾਕਟਰ ਹਰਭਜਨ ਸਿੰਘ ਦੁਆਰਾ ਲਿਖੇ ਗਏ ਨੇ ਖਤ ਨਿਬੰਧ। ਸੋ ਜਿਨ੍ਹਾਂ ਨੇ ਵੀ ਆਂਸਰ ਕੀਤਾ ਹੈ ਆਪਸ਼ਨ ਡੀ, ਬਿਲਕੁਲ ਠੀਕ ਹੈ ਜੀ। ਦੇਖੋ ਜੀ, ਵਾਰ ਵਾਰ ਇੱਕ ਸੇਮ ਕੁਐਸਚਨ ਪੁੱਛਿਆ ਜਾ ਰਿਹਾ। ਕੁਐਸਚਨ ਹੈ ਕਿ ਡੀ ਟ੍ਰਿਪਲ ਬੀ ਦਾ ਸਿਲੇਬਸ, ਪੇਪਰ ਏ ਦਾ ਸਿਲੇਬਸ ਮਿਲ ਜਾਵੇਗਾ, ਬੀ ਦਾ ਸਿਲੇਬਸ ਯਾਨੀ ਕਿ ਪੰਜਾਬੀ ਦਾ ਸਿਲੇਬਸ ਡੀ ਟ੍ਰਿਪਲ ਬੀ ਨਹੀਂ ਦਾ, ਐਤਕੀ ਦੇ ਦੇਵੇ ਉਹ ਇੱਕ ਵੱਖਰੀ ਗੱਲ ਹੈ। ਠੀਕ ਹੈ ਜੀ, ਸੋ ਵੈਬਸਾਈਟ ਚੈੱਕ ਕਰਦੇ ਰਹੋ, ਗਰੁੱਪਸ ਚੈੱਕ ਕਰਦੇ ਰਹੋ ਆਪਣੇ। ਜਿਸ ਦਿਨ ਵੀ ਜੇ ਸਿਲੇਬਸ ਵਗੈਰਾ ਕੁਛ ਆਉਂਦਾ ਤਾਂ ਉਹ ਜ਼ਰੂਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਨਹੀਂ ਆਉਂਦਾ ਤਾਂ ਫਿਰ ਮਾਸਟਰ ਕੈਡਰ ਦਾ ਸਿਲੇਬਸ ਹੈ, ਉਸ ਨੂੰ ਫੋਲੋ ਕਰਦੇ ਹੋਏ ਕੁਛ ਐਕਸਟਰਾ ਮਹੱਤਵਪੂਰਨ ਚੀਜ਼ਾਂ ਜ਼ਰੂਰ ਕਵਰ ਕਰੀਆਂ ਜਾਣ। ਇਹੀ ਇੱਕ ਸਿਲੇਬਸ ਨੂੰ ਕਵਰ ਕਰਨ ਦਾ ਵਧੀਆ ਤਰੀਕਾ ਹੈ। ਸੋ ਥੈਂਕ ਯੂ ਸੋ ਮਚ ਸਭ ਦਾ, ਬਹੁਤ ਬਹੁਤ ਧੰਨਵਾਦ ਜੀ। ਕਿਉਂਕਿ ਦੇਖੋ ਮਾਸਟਰ ਕੈਡਰ ਦਾ ਜਿਹੜਾ ਸਿਲੇਬਸ ਹੈ ਉਹਦੇ ਨਾਲ ਰਿਲੇਟਡ ਹੀ ਕੁਐਸਚਨ ਪੇਪਰ ਐਤਕੀ ਆਇਆ ਸੀਗਾ। ਪੁਰਾਣੇ ਪੇਪਰ ਦੇਖੋਗੇ ਤਾਂ ਲਗਭਗ ਮੈਚ ਕਰਨਗੇ। ਹੁਣ ਆਪਾਂ ਥੋੜ੍ਹੇ ਦਿਨਾਂ ਦੇ ਬਾਅਦ ਜਿਵੇਂ ਜਿਵੇਂ ਖਤਮ ਹੋ ਜਾਂਦੇ ਨੇ ਡੀ ਟ੍ਰਿਪਲ ਬੀ ਦੇ ਪੇਪਰ ਵੀ ਕਰਾਂਗੇ, ਉਹਨਾਂ ਤੋਂ ਹੋਰ ਜ਼ਿਆਦਾ ਕਲੈਰੀਫਿਕੇਸ਼ਨ ਤੁਹਾਨੂੰ ਹੋ ਜਾਵੇਗੀ ਕਿ ਕੀ ਕੁਛ ਆ ਸਕਦਾ ਹੈ। ਠੀਕ ਹੈ ਜੀ, ਪੁਰਾਣੇ ਬਹੁਤ ਜ਼ਿਆਦਾ ਪੁਰਾਣੇ ਜਿਹੜੇ ਪੇਪਰ ਨੇ ਉਹ ਥੋੜ੍ਹਾ ਜਿਹਾ ਟਫ ਆਉਂਦੇ ਰਹੇ ਆ, ਬਟ ਲਾਸਟ ਪੇਪਰ ਜਿਹੜਾ ਹੋਇਆ ਬਿਲਕੁਲ ਮਾਸਟਰ ਵਾਲਾ ਹੀ ਬੇਸ ਦਾ ਪੇਪਰ ਆਇਆ ਹੈ। ਆਈ ਹੋਪ ਕਿ ਐਤਕੀ ਵੀ ਇਸੇ ਸਿਲੇਬਸ ਦੇ ਅਨੁਸਾਰ ਹੀ ਮਤਲਬ ਆਲੇ ਦੁਆਲੇ ਘੁੰਮਦਾ ਹੀ ਪੇਪਰ ਦੇਖਣ ਨੂੰ ਮਿਲੇਗਾ। ਥੈਂਕ ਯੂ ਸੋ ਮਚ ਸਭ ਦਾ, ਬਹੁਤ ਬਹੁਤ ਧੰਨਵਾਦ ਜੀ। ਸੈਕਿੰਡ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਤੁਹਾਨੂੰ ਇੱਦਾਂ ਹੀ ਨੋਟੀਫਿਕੇਸ਼ਨ ਮਿਲਦੇ ਰਹਿਣ, ਕਿਉਂਕਿ ਤੁਹਾਡੇ ਲਾਈਕ ਐਂਡ ਸ਼ੇਅਰ ਨਾਲ ਮਿਲਦਾ ਜੀ ਮੈਨੂੰ ਮੋਟੀਵੇਸ਼ਨ, ਅਤੇ ਤੁਹਾਨੂੰ ਮਿਲਦੇ ਰਹਿਣਗੇ ਲਗਾਤਾਰ ਨੋਟੀਫਿਕੇਸ਼ਨਸ। ਥੈਂਕ ਯੂ ਸੋ ਮਚ ਅਗੇਨ, ਬਾਏ ਬਾਏ, ਗੁੱਡ ਨਾਈਟ, ਸਵੀਟ ਡ੍ਰੀਮਸ।